ਹੁਸ਼ਿਆਰਪੁਰ ਜਲੰਧਰ ਰੋਡ ਤੇ ਮੋਟਰਸਾਈਕਲ ਸਵਾਰਾਂ ਵੱਲੋਂ ਵੈਨ ਚਾਲਕ ਦੀ ਕੁੱਟਮਾਰ ਕਰਕੇ ਉਸ ਤੋਂ 3 ਲੱਖ ਰੁਪਏ ਅਤੇ ਵੈਨ ਖੋ ਕੇ ਫਰਾਰ ਹੋਣ ਵਾਲੇ ਲੁਟੇਰਿਆਂ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਕਾਬੂ ਕਰ ਲਿੱਤਾ ਗਿਆ। ਲੁਟੇਰਿਆਂ ਤੋਂ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਅਤੇ 2,05,000 ਰੁਪਏ ਦੀ ਨਕਦੀ ਵੀ ਬਰਾਮਦ ਕਰ ਲਿੱਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਇਸ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ, CIA ਸਟਾਫ ਅਤੇ ਥਾਣਾ ਮਾਡਲ ਟਾਊਨ ਦੇ SHO ਹਰਪ੍ਰੇਸ਼ ਸਿੰਘ ਦੀ ਟੀਮ ਗਠਿਤ ਕੀਤੀ ਗਈ ਸੀ। ਉਹਨਾਂ ਨੇ ਦੱਸਿਆ ਕਿ 11 ਜਨਵਰੀ ਦੀ ਸ਼ਾਮ ਨੂੰ ਦੋਨ ਪੱਛਾ ਤੇ ਲੁਟੇਰਿਆਂ ECO ਵੈਨ ਚਾਲਕ ਹਰਪ੍ਰੀਤ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਢੰਡੋਵਾਲ ਜ਼ਿਲ੍ਹਾ ਜਲੰਧਰ ਤੋਂ ਉਸਦੀ ਕੁੱਟਮਾਰ ਕਰਕੇ ਕਰੀਬ 3 ਲੱਖ ਰੁਪਏ ਅਤੇ ਉਸਦੀ ਵੈਨ ਖੋਹ ਕੇ ਫਰਾਰ ਹੋ ਗਏ ਸਨ। ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ KFC ਬਾਈਪਾਸ ਤੋਂ ਥੋੜ੍ਹਾ ਅੱਗੇ ਫਾਟਕਾ ਨਜ਼ਦੀਕ ਕੁੱਚੀ ਸਮੇਂ 'ਚ ਖੋਈ ਹੋਈ ਵੈਨ ਬਰਾਮਦ ਕਰ ਲਿੱਤੀ ਗਈ ਸੀ ਅਤੇ ਹਰਪ੍ਰੀਤ ਸਿੰਘ ਦੇ ਬਿਆਨਾਂ 'ਤੇ ਥਾਣਾ ਮਾਡਲ ਟਾਊਨ 'ਚ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਨੇ ਦੱਸਿਆ ਕਿ ਗਠਿਤ ਕੀਤੀ ਗਈ ਟੀਮ ਵੱਲੋਂ ਵੱਖ ਵੱਖ ਤਕਨੀਕਾਂ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਅੱਜ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਿਆਰਾ ਸਿੰਘ ਵਾਸੀ ਕੁਹਾੜ ਕਲਾਂ ਜ਼ਿਲ੍ਹਾ ਜਲੰਧਰ ਅਤੇ ਨਵੀਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਮਾਡਲ ਟਾਊਨ ਮਾਰਕੀਟ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰ ਲਿੱਤਾ ਗਿਆ ਹੈ। ਇਹ ਮਿਤੀ 11 ਜਨਵਰੀ 2023 ਨੂੰ ਕਰੀਬ 6:30 ਵਜੇ ਇੱਕ ਕੰਪਨੀ ਜਿਹੜੀ ਜੋ ਸ਼ਾਹ ਕੋਟ ਹੈਗੀ ਆ, ਉਹ ਜਿਹੜਾ ਆ ਹਾਰਡਵੇਅਰ ਦਾ ਸਮਾਨ ਡਿਲੀਵਰ ਕਰਦੀ ਆ ਅਤੇ ਜਿਹੜੇ ਕੈਸ਼ ਜਿਹੜਾ ਹੈਗਾ ਆ ਉਹ ਕਲੈਕਟ ਕਰਕੇ ਜਿਹੜੇ ਆ ਲੈ ਕੇ ਜਾਂਦੇ ਆ। ਕਰੀਬ 6:30 ਵਜੇ ਜਿਹੜਾ ਉਸ ਵੈਨ ਦਾ ਡਰਾਈਵਰ ਵੈਨ ਲੈ ਕੇ ਆਪਣਾ ਸ਼ਾਹਕੋਟ ਨੂੰ ਜਾ ਰਿਹਾ ਸੀਗਾ ਅਤੇ KFC ਚੌਂਕ ਸਿੰਗੜੀ ਵਾਲੇ ਦੇ ਕੋਲ 2 ਨੌਜਵਾਨਾਂ ਨੇ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸੀਗੇ, ਮੋਟਰਸਾਈਕਲ 'ਤੇ ਆ ਕੇ ਉਸ ਨੂੰ ਦਾਤਰ ਮਾਰ ਕੇ ਅਤੇ ਇੱਕ ਤਿੱਖੀ ਚੀਜ਼ ਜਿਹੜੀ ਆ ਬਾਅਦ ਦੇ ਵਿੱਚ ਪੇਸ਼ਕਸ ਮਤਲਬ ਹੋਈ ਸੀਗੀ, ਰਿਕਵਰ ਹੋਈ ਸੀਗੀ, ਉਹ ਮਾਰ ਕੇ ਜਿਹੜਾ ਹੈਗਾ ਉਹਦੇ ਕੋਲ ਵੈਨ ਖੋਹ ਕੇ ਲੈ ਗਏ ਸੀਗੇ ਅਤੇ ਥੋੜ੍ਹੀ ਦੂਰੀ 'ਤੇ ਜਾ ਕੇ ਜਿਹੜਾ ਆ ਵੈਨ ਉਹਨਾਂ ਨੇ ਸਾਈਡ 'ਤੇ ਛੱਡ ਦਿੱਤੀ ਸੀਗੀ ਸੜਕ 'ਤੇ ਅਤੇ ਪੈਸੇ ਜਿਹੜੇ ਉਹਦੇ ਵਿੱਚ ਪਏ ਹੋਏ ਸੀਗੇ, ਬੈਗ ਪਿਆ ਸੀ ਪੈਸਿਆਂ ਦਾ ਕਰੀਬ 2.5-3 ਲੱਖ ਰੁਪਇਆ ਸੀਗਾ ਅਤੇ ਉਹ ਲੈ ਕੇ ਜਿਹੜੇ ਹੈਗੇ ਤਲੇ ਗਏ ਸੀਗੇ। ਮਾਨਯੋਗ SHP ਸਾਹਿਬ ਅਤੇ SPD ਸਾਹਿਬ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ 'ਤੇ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਅਤੇ ਉਹ ਟੀਮਾਂ ਨੂੰ ਜਿਹੜੀ ਹੈਗੀ ਬੜੀ ਸਫਲਤਾ ਹਾਸਲ ਮਿਲੀ ਆ, ਜਿਹਦੇ ਵਿੱਚ ਇੱਕ ਟੀਮ DSP ਸਾਹਿਬ ਸੀਗੇ ਅਤੇ ਦੂਸਰੀ ਟੀਮ ਮੇਰੀ ਸੀਗੀ ਜੀ, ਅਤੇ CIA ਸਟਾਫ ਦੀ ਅਤੇ ਮਾਡਲ ਟਾਊਨ ਥਾਣੇ ਦੀ ਜਿਹੜੇ SHO ਸਾਹਿਬ ਦੀ ਕਾਫੀ ਮਿਹਨਤ ਸਦਕਾ ਜਿਹੜਾ ਹੈਗਾ ਆ ਇਹਨਾਂ ਅਸੀਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਆ ਅਤੇ ਇਹਨਾਂ ਕੋਲੋਂ ਜਿਹੜੀ ਹੈਗੀ ਅਸੀਂ ਖੋਹ ਕੀਤੀ ਹੋਈ ਕਰੀਬ 2,05,000 ਰੁਪਏ ਜਿਹੜੀ ਹੈਗੀ ਆ ਮਨੀ ਰਿਕਵਰ ਕਰ ਲਈ ਆ ਅਤੇ ਇਹਨਾਂ ਦੇ ਜਿਹੜੇ ਹਥਿਆਰ ਯੂਜ਼ ਕੀਤੇ ਸੀਗੇ ਵੈਪਨ ਇੱਕ ਦਾਤਰ ਸੀਗਾ ਅਤੇ ਇੱਕ ਪੇਸ਼ਕਸ, ਉਹ ਅਸੀਂ ਜਿਹੜਾ ਆ ਰਿਕਵਰ ਕਰ ਲਿਆ ਆ। ਜਿਵੇਂ ਕਿ ਉਹਨਾਂ ਨੂੰ ਦੱਸਿਆ ਕਿ ਪਿਸਟਲ ਦੀ ਨੋਕ 'ਤੇ ਜਿਹੜੀ ਕੀਤੇ ਕੋਈ ਪਿਸਟਲ ਦੀ ਵੀ ਬਰਾਮਦਗੀ ਹੋਈ ਹੈ? ਨਹੀਂ, ਪਿਸਟਲ ਉਹਨੇ ਆਪਣੇ ਆਪ ਨਹੀਂ ਦੇਖਿਆ ਸੀਗਾ, ਉਹ ਜਿਹੜੇ ਰਾਹਗੀਰ ਜਾ ਰਹੇ ਸੀਗੇ ਉਹਨਾਂ ਨੇ ਦੱਸਿਆ ਸੀਗਾ ਉਹਨੂੰ, ਇਸ ਕਰਕੇ ਜਿਹੜਾ ਆ ਉਹ ਪਿਸਟਲ ਨਹੀਂ ਸੀਗਾ ਕੋਈ ਵੀ, ਇੱਕ ਪੇਚਕਸ ਸੀਗਾ ਅਤੇ ਇੱਕ ਜਿਹੜਾ ਦਾਤਰ ਸੀਗਾ, ਉਹ ਦੋਨੋਂ ਜਿਹੜੇ ਹਥਿਆਰ ਬਰਾਮਦ ਕਰ ਲਏ ਹੋਏ। ਇਹਨਾਂ ਦੇ ਨੌਜਵਾਨ ਇਹ ਰਹਿਣ ਵਾਲੇ? ਇਹ ਰਹਿਣ ਵਾਲੇ ਜਿਹੜੇ ਹੈਗੇ ਆ ਇੱਕ ਜਿਹੜਾ ਆ ਆਪਣੇ ਸ਼ਾਹਕੋਟ ਦੇ, ਦੋਨੋਂ ਸ਼ਾਹਕੋਟ ਦੇ ਹੈਗੇ ਆ, ਇੱਕ ਪਿੰਡ ਕੁਹਾੜਕਾ ਕਲਾਂ ਦਾ ਜਾਂ ਇੱਕ ਮਾਡਲ ਟਾਊਨ ਸ਼ਾਹਕੋਟ ਦਾ ਰਹਿਣ ਵਾਲਾ। ਵੀ ਮਾਮਲਾ ਦਰਜ ਹੈ? ਹਾਂ, ਜਿਹੜਾ ਹਰਪ੍ਰੀਤ ਸਿੰਘ ਦੋਸ਼ੀ ਹੈਗਾ ਐਕਿਊਜ਼ ਹਰਪ੍ਰੀਤ ਸਿੰਘ ਅਤੇ ਦੂਸਰਾ ਦੋਸ਼ੀ ਜਿਹੜਾ ਨਵੀਨ ਕੁਮਾਰ ਹੈਗਾ ਆ, ਇਹ ਹਰਪ੍ਰੀਤ ਦੇ ਖਿਲਾਫ ਜਿਹੜਾ ਇੱਕ ਲੁੱਟ ਖੋਹ ਦਾ ਮਾਮਲਾ ਪਹਿਲਾਂ ਦਾ ਪਿਆ। ਸਰ, ਇਹਨਾਂ ਵਿੱਚ ਦੋਨਾਂ ਵਿੱਚ ਇੱਕ ਦੱਸਿਆ ਜਾਂਦਾ ਕਿ ਆਮ ਆਦਮੀ ਪਾਰਟੀ ਪ੍ਰਧਾਨ ਦਾ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈਗੀ ਹੈ। ਐਕਚੁਲੀ ਇਹ ਦੋਨੋਂ ਐਕਿਊਜ਼ ਜਿਹੜੇ ਹੈਗੇ ਆ ਇਹ ਪਹਿਲਾਂ ਉਸੇ ਹੀ ਦੁਕਾਨ 'ਤੇ ਕੰਮ ਕਰਦੇ ਸੀਗੇ ਅਤੇ ਜਿਹੜਾ ਜਿਹਦੇ ਕੋਲੋਂ ਪੈਸੇ ਖੋਹੇ ਆ ਉਹ ਵੀ ਉਸੇ ਦੁਕਾਨ 'ਤੇ ਕੰਮ ਕਰਦਾ ਸੀਗਾ ਅਤੇ ਉਹਨੇ ਜਿਹੜਾ ਹੈਗਾ ਇਹਨਾਂ ਦੀ ਸ਼ਿਕਾਇਤ ਕਰ ਦਿੱਤੀ ਸੀਗੀ ਦੁਕਾਨ ਮਾਲਕ ਨੂੰ ਅਤੇ ਦੁਕਾਨ ਮਾਲਕ ਨੇ ਇਹਨਾਂ ਨੂੰ ਜਿਹੜਾ ਹੈਗਾ ਆ ਨੌਕਰੀ ਤੋਂ ਕੱਢ ਦਿੱਤਾ ਸੀਗਾ। ਇਸੇ ਰੰਜਿਸ਼ ਵਿੱਚ ਆ ਕੇ ਜਿਹੜਾ ਇਹਨੇ ਜਿਹੜੀ ਹੈਗੀ ਆ ਉਹਦੇ ਨਾਲ ਖੋਹ ਕੀਤੀ ਸੀ। ਫਰਦਰ ਕਾਰਵਾਈ ਕੀ ਕਰ ਰਹੇ ਜੀ? ਕਾਰਵਾਈ ਕੀ ਕਰ ਰਹੇ ਨੇ? ਕਾਰਵਾਈ 394 ਦਾ ਜਿਹੜਾ ਮੁਕਦਮਾ ਦਰਜ ਹੋਇਆ ਸੀਗਾ ਉਹਦੇ ਵਿੱਚ ਇਹਦੀ ਗ੍ਰਿਫਤਾਰੀ ਪਾਈ ਹੈਗੀ ਆ ਅਤੇ ਇਹਨਾਂ ਨੂੰ ਜਿਹੜਾ ਹੈਗਾ ਪੇਸ਼ ਕੀਤਾ ਜਾ ਰਿਹਾ। ਸ਼ਿਕਾਇਤ ਕੀ ਕੀਤੀ ਸੀ? ਸ਼ਿਕਾਇਤ ਕਰਤੀ ਸੀ ਕੋਈ? ਸ਼ਿਕਾਇਤ ਇਹੀ ਕੀਤੀ ਸੀਗੀ ਕਿ ਜਿਹੜਾ ਇਹ ਜਦੋਂ ਤਿੰਨੇ ਹੀ ਕੰਮ ਕਰਦੇ ਸੀ ਉੱਥੇ ਦੁਕਾਨ 'ਤੇ ਅਤੇ ਇਹਨਾਂ ਦਾ ਕੋਈ ਤੇਲ ਦਾ ਮਤਲਬ ਵੈਨ ਜਿਹੜਾ ਤੇਲ ਦਾ ਕਿਤੇ ਵੇਚ ਦਿੰਦੇ ਸੀਗੇ ਅਤੇ ਉਸੇ ਤਰ੍ਹਾਂ ਦੀ ਕੋਈ ਇਹਨਾਂ ਦੀ ਕੋਈ ਛੋਟੀ ਮੋਟੀ ਸ਼ਿਕਾਇਤ ਕੀਤੀ ਸੀਗੀ ਦੁਕਾਨ ਮਾਲਕ ਨੂੰ ਅਤੇ ਤਾਂ ਕਰਕੇ ਜਿਹੜਾ ਉਹਨਾਂ ਨੇ ਉਹਨੂੰ ਕੱਢ ਦਿੱਤਾ ਸੀਗਾ, ਇਹਨਾਂ ਦੋਨਾਂ ਨੂੰ ਕੱਢ ਦਿੱਤਾ ਸੀ। ਸ਼ਹਿਰ ਦੀ ਚਰਚਾ ਦਾ ਵਿਸ਼ਾ ਬਣਿਆ ਪਿਆ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਭਰਾ ਹੈਗਾ ਜਿਹੜੇ ਕਿਤਰੇ ਗਏ? ਨਹੀਂ, ਇਸ ਤਰ੍ਹਾਂ ਦੀ ਕੋਈ ਸਾਡੇ ਅਜੇ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਪੁਲਿਸ ਕਿਸੇ ਕੁਝ ਟ੍ਰੇਸ ਕਿਸੇ ਹੋਏ? ਇਹ ਟ੍ਰੇਸ ਜਿਹੜੇ ਹੈਗੇ ਆ ਇਹ ਟੈਕਨੀਕਲ ਸਾਡੀ ਸਪੋਰਟ ਰਾਹੀਂ ਜਿਹੜਾ ਸੀ ਇਹਨੂੰ ਜਿਹੜਾ ਵੱਖ ਵੱਖ ਟੀਮਾਂ ਬਣਾਈਆਂ ਸੀ ਮਾਨਯੋਗ SHP ਸਾਹਿਬ ਨੇ ਅਤੇ ਅਸੀਂ ਜਿਹੜਾ ਹੈਗਾ ਉਹ ਟੈਕਨੀਕਲ ਸਪੋਰਟ ਦੇ ਨਾਲ ਅਸੀਂ ਟ੍ਰੇਸ ਕੀਤਾ ਜੀ।